ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਅਸੀਂ 20 ਫਰਵਰੀ ਨੂੰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਬਰਸੀ ਉਹਨਾਂ ਦੇ ਜੱਦੀ ਪਿੰਡ ਤਖਤੂਪੁਰਾ ਵਿਖੇ ਮਨਾ ਰਹੇ ਹਾਂ। ਜਦੋਂ ਤੋਂ ਉਹ ਸ਼ਹੀਦ ਹੋਇਆ ਲਗਾਤਾਰ ਅਸੀਂ 20 ਤਰੀਕ ਰੱਖੀ ਹੋਈ 20 ਫਰਵਰੀ, ਉਦੋਂ ਤੋਂ ਅਸੀਂ ਬਰਸੀ ਹੈ ਜਿਹੜੀ ਉਹਨਾਂ ਦੀ 20 ਫਰਵਰੀ ਨੂੰ ਮਨਾ ਰਹੇ ਹਾਂ। ਅਤੇ ਬਰਸੀ ਮਨਾਉਣ ਦਾ ਮਕਸਦ ਸਾਡਾ ਕਿ ਸਾਡੇ ਉਹ ਸ਼ਹੀਦ ਨੇ ਆਪਣੀ ਜਾਨ ਕਿਉਂ ਕੁਰਬਾਨ ਕੀਤੀ, ਉਹ ਅੰਮ੍ਰਿਤਸਰ ਦੇ ਵਿੱਚ ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਦੇ ਲਈ ਉੱਥੇ ਸੰਘਰਸ਼ ਦੀ ਅਗਵਾਈ ਕਰ ਰਹੇ ਸੀ। ਅਤੇ ਅਸੀਂ ਉਹਨਾਂ ਦੀ ਬਰਸੀ ਲਗਾਤਾਰ 20 ਫਰਵਰੀ ਨੂੰ ਮਨਾ ਕੇ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਲੋਕਾਂ ਦੇ ਵਿੱਚ ਲਿਜਾ ਰਹੇ ਹਾਂ। ਉਹ ਇਕੱਲੇ ਕਿਸਾਨਾਂ ਦੇ ਆਗੂ ਨਹੀਂ ਸੀ, ਉਹ ਕੁੱਲ ਕਿਰਤੀ ਲੋਕਾਂ ਦੇ ਆਗੂ ਸੀ, ਅਤੇ ਨਾਲ ਉਹ ਬਹੁਤ ਵਧੀਆ ਕਵੀ ਲੇਖਕ ਵੀ ਸੀਗੇ ਜਿਨ੍ਹਾਂ ਨੇ ਬਹੁਤ ਸਾਰੇ ਗੀਤ ਕਵਿਤਾਵਾਂ ਵੀ ਲਿਖੀਆਂ ਉਦੋਂ ਦੇ ਸਮੇਂ ਦੇ ਹਿਸਾਬ ਨਾਲ। ਫਰਵਰੀ ਨੂੰ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਏਕਤਾ ਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਮਹਾਰੈਲੀ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਅਸੀਂ ਲੱਖਾਂ ਦੇ ਹਿਸਾਬ ਉੱਥੇ ਇਕੱਠ ਕਰ ਰਹੇ ਹਾਂ। ਕਿਉਂਕਿ ਜਿਹੜਾ ਆਹ ਸੰਘਰਸ਼ ਚੱਲ ਰਿਹਾ ਲਗਾਤਾਰ ਕਾਲੇ ਕਾਨੂੰਨਾਂ ਦੇ ਖਿਲਾਫ਼, ਉਹਦੇ ਵਿੱਚ ਕਿਵੇਂ ਦਿੱਲੀ ਦੇ ਵਿੱਚ ਲੜਾਈ ਲੜੀ ਜਾ ਰਹੀ ਹੈ, ਪਹਿਲਾਂ ਅਸੀਂ ਪੰਜਾਬ ਦੇ ਵਿੱਚ ਲੜੀ ਸੀ, ਹੁਣ ਵੀ ਪੰਜਾਬ ਦੇ ਵਿੱਚ 100 ਥਾਵਾਂ 'ਤੇ ਲਗਭਗ ਧਰਨੇ ਚੱਲ ਰਹੇ ਹੈ। ਅਤੇ ਇਹ ਅਸੀਂ ਆਪਦੀ ਤਾਕਤ ਦਾ ਜਾਇਜ਼ਾ ਲੈਣ ਵਾਸਤੇ ਅਤੇ ਕੇਂਦਰ ਸਰਕਾਰ ਨੂੰ ਕੰਨ ਕਰਨ ਵਾਸਤੇ ਕਿ ਜੇ ਤੁਸੀਂ ਆਪਦੀ ਇਸ ਗੱਲ 'ਤੇ ਨਾ ਆਉਂਗੇ, ਕਾਨੂੰਨ ਨਾ ਰੱਦ ਕਰੋਗੇ, ਤਾਂ ਜਿਹੜੇ ਸਾਡੇ ਲੋਕ ਹੈ ਪੰਜਾਬ ਦੇ ਹੈ ਉਹ ਐਡੀ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਦਿੱਲੀ ਆ ਕੇ ਘੇਰਨਗੇ। ਸਰਕਾਰ ਨੂੰ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੇ ਸਾਡੇ 'ਤੇ ਕਾਲੇ ਕਾਨੂੰਨ ਧੱਕੇ ਦੇ ਨਾਲ ਸਾਡੇ 'ਤੇ ਮੜੇ ਜਾ ਰਹੇ ਆ ਇਹ ਅਸੀਂ ਰੱਦ ਕਰਵਾਉਣੇ ਹਾਂ। ਇਹੀ ਸਾਡੇ ਸ਼ਹੀਦ ਸਾਧੂ ਸਿੰਘ ਦੀ ਜਿਹੜੀ ਸੋਚ ਸੀ ਅਸੀਂ ਉਹਦੇ 'ਤੇ ਪਹਿਰਾ ਦੇਣਾ, ਇਹੀ ਉਹਨਾਂ ਦੀ ਸੋਚ ਸੀ ਅਤੇ ਇਹੀ ਸਾਡੀ ਸੋਚ ਹੈ, ਅਸੀਂ ਇਸ ਸੋਚ ਨੂੰ ਲੈ ਕੇ ਤੁਰੇ ਹਾਂ। ਲੋਕਾਂ ਦਾ ਏਕਤਾ ਜ਼ਿੰਦਾਬਾਦ, ਖੇਤੀ ਲੋਕਾਂ ਦਾ ਏਕਤਾ ਜ਼ਿੰਦਾਬਾਦ।